खबर हुशियारपुर के मोहल्ला इस्लामाबाद तो है जिथे कि व्याहुता की भेत भरे हालात च मौत हो जाने का मामला सामने आया है। पुलिस वालों मृतक लड़की के परिवार के बयान से कार्रवाई शुरू कर दी गई है। मृतक लड़की के मापिया वालों लड़की के सहुरा परिवार से उसकी हत्या करने के दोष लाए गए हैं। जानकारी देंदे हैं मृतक लड़की की माता दविंदर कौर ने दसिया कि उस वालों अपनी लड़की का विह साल 2017 च हुशियारपुर के मोहल्ला इस्लामाबाद विखे किया गया सी। विह तो बाद लड़की के घर एक बच्चे ने जन्म लिया। माता ने दसिया कि विह तो बाद उसकी लड़की को सहुरा परिवार वालों दहेज लई लगातार तंग परेशान किया जा रहा है। तो बीती रात भी लड़की के घर वाले वालों फोन पर लड़की की सेहत खराब होने की गल कही गई थी। तो जदों फगवाड़ा तो इतने पहुंचे तो लड़की की मौत हो चुकी थी। मापे परिवार ने लड़की के सहुरा परिवार से लड़की की हत्या करने के दोष लाए ने। तो पुलिस प्रशासन तो इंसाफ की मांग की है। तो कहा कि लड़की के पति सस सहुरा और ननाना वालों लगातार उसनू बेवजह तंग परेशान किया जा रहा है। दूजे पासे थाना सदर के SHO जयपाल का कहना है कि पुलिस वालों पीड़ितों के बयान के आधार पर अगली कार्रवाई शुरू कर दी गई है। तो जो भी व्यक्ति दोषी पाया जाएगा उस विरुद्ध बनती कानूनी कार्रवाई अमल च लिया जाएगी। हुशियारपुर न्यूज के नाल चेतन कश्यप की रिपोर्ट। ਕਹਿੰਦਾ ਲੜਾਈ ਬਹੁਤ ਹੋ ਪਈ ਆ, ਨੂੰਹ ਸੱਸ ਲੜ ਪਈਆਂ। ਅੱਗੇ ਵੀ ਇਹਨਾਂ ਦੇ ਘਰ 'ਚ ਲੜਾਈ ਕੁੜੀ ਨਾਲ ਬਹੁਤ ਲੜਦੇ ਰਹਿੰਦੇ ਸੀਗੇ। ਉਹ ਮੈਨੂੰ ਦੱਸਦੀ ਸੀ, ਮੈਂ ਉਹਨੂੰ ਕਹਿੰਦੀ ਸੀ ਐਪੀ ਤੇਰਾ ਪੇ ਮਰ ਗਿਆ, ਤੂੰ ਟਿਕੀ ਰਹਿ ਆਪਣੇ ਘਰ, ਇੱਥੇ ਮੈਂ ਇਕੱਲੀ ਕੀ ਕਰੂੰਗੀ, ਤੇਰਾ ਪੇ ਹੈ ਨਹੀਂ ਸਿਰ 'ਤੇ, ਭਰਾ ਤੇਰਾ ਬਾਹਰ ਆ। ਮੈਂ ਉਹਨੂੰ ਇੱਦਾਂ ਕਹਿੰਦੀ ਰਹਿੰਦੀ ਸੀ। ਰਾਤੀ ਕਹਿੰਦਾ ਸੀ ਮੈਂ ਛੱਡ ਕੇ ਜਾਣੀ ਹਾਂ, ਮੈਂ ਨਹੀਂ ਰੱਖਣੀ, ਮੈਂ ਛੱਡ ਜਾਣੀ ਹਾਂ। ਮੈਂ ਕਿਹਾ ਅਜੇ ਮੈਂ ਤੇਰੇ ਪੈਰੀ ਹੱਥ ਲਾਉਂਦੀ ਹਾਂ, ਮੇਰੀ ਧੀ ਨੂੰ ਨਾ ਛੱਡੀ। ਰਾਤੀ ਆਹ ਗੱਲਾਂ ਹੋਈਆਂ ਸੀਗੀਆਂ। ਕਿਹੜੀ ਜਗ੍ਹਾ ਤੋਂ ਮਾਤਾ ਜੀ ਤੁਸੀਂ ਆਏ ਹੋ? ਕਿਹੜੀ ਜਗ੍ਹਾ ਕੁੜੀ ਬਈ ਸੀਗੀ? ਇੱਥੇ ਇਸਲਾਮਾਬਾਦ ਹੁਸ਼ਿਆਰਪੁਰ। ਮੇਰਾ ਨਾਮ ਚਰਨਜੀਤ ਸਿੰਘ ਹੈ, ਖੁਰਮਪੁਰ ਤੋਂ ਆਏ ਜੀ, ਪਵਾੜੇ ਦੇ ਕੋਲ। ਕੀ ਮਾਮਲਾ ਹੋਇਆ ਜੀ? ਮਾਮਲਾ ਜੀ ਇਹ ਪਹਿਲਾਂ ਤੋਂ ਜਦੋਂ ਦੀ ਕੁੜੀ ਵਿਆਹੀ ਆ, ਇਹ ਕਦੀ ਦਹੇਜ ਦਾ ਕਦੀ ਕੁਛ। ਇਹਦੀਆਂ ਜਿਹੜੀਆਂ ਦੋ ਨਣਾਨਾਂ ਅਤੇ ਭਣੋਜੇ, ਵਿੱਚੇ ਸਹੁਰਾ, ਵਿੱਚੇ ਮੁੰਡਾ, ਇਹਨੂੰ ਕੁੜੀ ਨੂੰ ਸੱਸ ਤਾਂ ਜ਼ਿਆਦਾ ਹੀ ਖਰਾਬ ਸੀਗੀ ਨਾ, ਉਹਦਾ ਤਾਂ ਅਸੀਂ ਬਿਆਨ ਨਹੀਂ ਕਰ ਸਕਦੇ। ਮਿੰਟ ਮਿੰਟ ਬਾਅਦ ਚਲੋ ਅਸੀਂ ਅੰਦਰੇ, ਉਹ ਆਪਣੇ ਅਲੱਗ ਵੀ ਹੋ ਗਏ, ਅਲੱਗ ਹੋ ਗਏ, ਉੱਪਰ ਚਲ ਗਏ। ਉੱਥੇ ਤਾਂ ਜ਼ਬਰਦਸਤੀ ਕੁੜੀਆਂ ਨੇ ਆਉਣਾ, ਉੱਥੇ ਕਿਤੇ ਰਹਿੰਦੀਆਂ ਸੀਗੀਆਂ, ਧਮਕੀ ਦੇਣੀ। ਇੱਕ ਵਾਰੀ ਉਹਦੇ ਭਣੋਜੇ ਨੇ ਜੋ ਬਿਜਲੀ ਬੋਰਡ ਦੇ ਵਿੱਚ, ਉਹਦਾ ਨਾਂ ਕੀ ਆ, ਸੰਦੀਪ ਆ ਉਹਦਾ ਨਾਂ, ਉਹ ਸਭ ਤੋਂ ਜ਼ਿਆਦਾ ਖਰਾਬ ਕਰਦਾ ਸੀਗਾ। ਉਹਦੀ ਤੀਵੀਂ ਵੀ ਬਹੁਤ ਜ਼ਿਆਦਾ ਖਤਰਨਾਕ ਸੀਗੀ, ਸੱਸ ਤਾਂ ਜੋ ਸੀਗੀ ਸੀਗੀ। ਇਹਨਾਂ ਨੇ ਕੁੜੀ ਨੂੰ ਇੰਨਾ ਟੋਰਚਰ ਕਰਨਾ, ਅਸੀਂ ਇਹ ਸੋਚਦੇ ਸੀ ਵੀ ਚਲੋ ਸਾਡੀ ਧੀ ਬਸੀ ਰਹੇ ਬਸੀ ਰਹੇ। ਕਿੰਨਾ ਸਮਾਂ ਪਹਿਲਾਂ ਵਿਆਹ ਹੋਇਆ ਸੀਗਾ? ਇਹ 17 'ਚ ਹੋਇਆ ਜੀ। ਕੋਈ ਬੱਚਾ ਵੀ ਹੈ? ਇੱਕ ਬੱਚਾ 4 ਸਾਲ ਦੀ ਬੇਟੀ ਆ। ਠੀਕ ਹੈ ਜੀ। ਅਸੀਂ ਉਹਨੂੰ, ਅਸੀਂ ਤਾਂ ਉੱਥੋਂ ਸਾਨੂੰ ਮੋੜ ਦਿੱਤਾ ਸੀ ਆ ਹਸਪਤਾਲੋਂ, ਅਸੀਂ ਕਿਹਾ ਚਲੋ ਛੋਟੀ ਬੱਚੀ ਨੂੰ ਦੇਖ ਚੱਲੀਏ। ਉਮਰ ਕਿੰਨੀ ਸੀਗੀ? 27 ਸਾਲ ਦੀ ਸੀ ਸਾਰੀ ਉਮਰ ਉਹਦੀ ਕੁੜੀ ਦੀ। ਦਹੇਜ ਕੀ ਉਦਾਂ ਵੀ ਯਾਰ ਤੰਗ ਕਰਦੇ ਸੀ, ਕਰਦੇ ਪਤਾ ਨਹੀਂ ਕੀ ਚਾਹੁੰਦੇ ਸੀਗੇ। ਚਾੜ ਦਿੱਤੀ ਸੀ, ਕੁਛ ਨਹੀਂ ਦਿੱਤਾ ਸੀ, ਅਸੀਂ ਸਾਰਾ ਕੁਛ ਦਿੱਤਾ। ਮੌਤ ਉਹ ਸਾਨੂੰ ਦੱਸਣ ਡਿਆ ਫੋਨ ਕਰਕੇ ਜਿਹੜਾ ਜਵਾਈ ਆ ਅਜੇ। ਸਾਨੂੰ ਪਤਾ ਹੀ ਨਹੀਂ ਲੱਗਾ ਜੀ, ਅਸੀਂ ਤਾਂ ਫੋਨ 'ਤੇ ਫੋਨ ਆਊਟ ਕਰਨੇ, ਪਹਿਲਾਂ ਫੋਨ ਇੰਨਾ ਚੱਕੇ, ਰਾਤ ਵਿੱਚ ਮੈਂ ਗੱਡੀ ਚਲਾਵਾਂਗੇ ਫੋਨ ਅਟੈਂਡ ਕਰਾਂ। ਮੈਂ ਕਿਹਾ ਤੁਸੀਂ ਗੱਲ ਕਰੋ, ਜੇ ਕੀਤੀ ਕਹਿੰਦਾ ਤਾਂ ਜੀ ਆ ਜਾਓ, ਰੋਣ ਲੱਗ ਪਿਆ। ਮੈਂ ਕਿਹਾ ਗੱਲ ਤਾਂ ਦੱਸ ਕੀ ਹੋਇਆ, ਪਤਾ ਤਾਂ ਲੱਗਿਆ। ਕਹਿੰਦਾ ਜ਼ਿਆਦਾ ਸੀਰੀਅਸ ਆ ਅਤੇ ਉਹਨੂੰ ਅਟੈਕ ਜਿਹਾ ਹੋ ਗਿਆ ਆ, ਦਾਖਲ ਆ ਉਹ। ਅਸੀਂ ਦੌੜੇ, ਗੱਡੀ ਵਜਾਈ, ਸਾਨੂੰ ਪਤਾ ਨਾ ਲੱਗੇ ਵੀ ਕਿੱਥੇ ਆਉਣ ਆ, ਕਿੱਥੇ ਕੀ ਆ। ਚਲੋ ਅਸੀਂ ਉੱਥੇ ਪਹੁੰਚੇ ਜੀ, ਜਦੋਂ ਆ ਗਏ ਤਾਂ ਪਤਾ ਲੱਗਾ ਤਾਂ ਉਹ ਥੱਲੇ ਐਵੇਂ ਲਿਟੀ ਜਾਵੇ। ਆਹ ਦੇਖੋ ਜੀ ਕੀ ਅਸੀਂ ਗੱਲ ਕੀ ਹੋਈ, ਸਾਨੂੰ ਦੱਸਤਾ ਸੀ ਗੱਲ ਕੀ ਹੋਈ ਆ। ਕਹਿੰਦਾ ਹੈਪੀ ਪੂਰੀ ਹੋ ਗਈ ਆ। ਉਹ ਕਿੱਦਾਂ ਹੋ ਗਈ? ਇੱਥੇ ਉਹਦੇ ਮੈਂ ਦੇਖਿਆ ਅੰਦਰ, ਮੈਂ ਆਪਣੀ ਅੱਖਾਂ ਨਾਲ, ਮੈਂ ਉਹਨੂੰ ਨਰਸ ਨੂੰ ਕਿਹਾ, ਮੈਂ ਕਿਹਾ ਮੈਨੂੰ ਦਿਖਾ ਲਓ ਕੁੜੀ ਨੂੰ। ਮੈਂ ਦੇਖਿਆ ਤਾਂ ਉਹਦੇ ਇੱਥੇ ਪੂਰਾ ਨਿਸ਼ਾਨ ਆ ਗਲ ਦੇ ਵਿੱਚ, ਇੱਥੇ ਇਹ ਲਾਲ ਫਿਰੀ ਉਹ, ਅਤੇ ਉਹ ਫਾਹ ਲੈ ਨਹੀਂ ਸਕਦੀ, ਫਾਹ ਉਹਨੂੰ ਫਾਹ ਦੇ ਕੇ ਮਾਰਿਆ ਗਿਆ। ਔਰ ਟੰਗੀ ਆ, ਜਿੰਨਾ ਵੀ ਟੰਗੀ ਆ ਆਪੇ ਲਾ ਕੇ ਉਹਨੂੰ ਹਸਪਤਾਲ ਲੈ ਗਿਆ। ਇਹ ਉਹਦਾ ਭਣੋਜਾ ਔਰ ਉਹਦਾ ਜਵਾਈ ਔਰ ਜੋ ਵੀ ਉਹਦੀਆਂ ਨਣਾਨਾਂ, ਇਹ ਬੁੜੀ ਇਹਨਾਂ ਦਾ ਬੁੜਾ ਤਾਂ ਉੱਥੇ ਚਲੋ ਦਾਖਲ ਆ, ਉਹ ਵੀ ਤੰਗ ਬਹੁਤ ਕਰਦਾ ਸੀ, ਉਹਦੇ ਵੀ ਗੋਡੇ ਗਾਡੇ ਗਾਡੇ ਜਲੰਧਰ ਪੈਂਦੇ, ਸਾਨੂੰ ਉਹਦੇ ਬਾਰੇ ਨਹੀਂ ਪਤਾ। ਮੰਗ ਕੀ ਕਰਦੇ ਹੋ ਤੁਸੀਂ? ਮੰਗ ਤਾਂ ਇਹ ਕਰਦੇ ਵੀ ਸਾਰਿਆਂ ਨੂੰ ਚੱਕ ਕੇ ਅੰਦਰ ਦਿਓ, ਅੰਦਰ ਹੁਣ ਅਨਿਆ ਹੋਣਾ ਚਾਹੀਦਾ। ਸਾਡੀ ਕੁੜੀ ਜਿੱਦਾਂ ਮਾਰੀ ਆ, ਜਿਹਨਾਂ ਨੂੰ ਵੀ ਮਾਰੀ ਆ ਉਹਨਾਂ ਸਾਰਿਆਂ ਨੂੰ ਫਾਂਸੀ ਹੋਣੀ ਚਾਹੀਦੀ।
ਨਾਮ ਕੀ ਸੀ ਕੁੜੀਆ ਦਾ ਹਰਪ੍ਰੀਤ ਕੌਰ ਠੀਕ ਹੈ ਇੱਕ ਸਵੇਰੇ ਕੁੜੀ ਦੀ ਮੌਤ ਹੋਈ ਸੀ ਜੀ ਕੇਸ ਦਾ ਹੁਣ ਤੱਕ ਕੀ ਕਾਰਨ ਸਾਹਮਣੇ ਆਇਆ ਜੀ ਇਹਦੇ ਵਿੱਚ ਸਾਨੂੰ ਸਵੇਰੇ ਹਰਪ੍ਰੀਤ ਕੌਰ ਤੋਂ ਵਾਈਫ ਆਫ ਅਜੇ ਕੁਮਾਰ ਦੀ ਜਿਹੜੀ ਅਮਨ ਹਸਪਤਾਲ ਤੋਂ ਜਿਹੜੀ ਹੈ ਸਾਨੂੰ ਇੰਟੀਮੇਸ਼ਨ ਆਈ ਸੀਗੀ ਵੀ ਉਹਦੇ ਸੰਬੰਧੀ ਅਸੀਂ ਜਾ ਕੇ ਅਮਨ ਹਸਪੀਟਲ ਜਿਹੜਾ ਆ ਡੈਡ ਬੋਡੀ ਦੇਖੀ ਆ ਉਹਦੇ ਵਿੱਚ ਇਹਦੀ ਮਾਤਾ ਦੇ ਬਿਆਨ ਆ ਜਿਹੜੀ ਦਵਿੰਦਰ ਕੌਰ ਦੇ ਜਿਹੜੇ ਉਹ ਲਿਖੇ ਗਏ ਆ ਜੋ ਵੀ ਬਣਦੀ ਕਾਰਵਾਈ ਆ ਜਾਂ ਜਿੰਨੇ ਵੀ ਦੋਸ਼ੀ ਹੋਣਗੇ ਉਹਨਾਂ ਦੇ ਖਿਲਾਫ਼ ਕੀਤੀ ਜਾਵੇਗੀ ਹੁਣ ਤੱਕ ਕੋਈ ਕਾਰਨ ਪਤਾ ਲੱਗਿਆ ਹਲੇ ਤੱਕ ਤਾਂ ਇਹੀ ਸਾਹਮਣੇ ਆ ਰਿਹਾ ਵੀ ਕੁੜੀ ਨੇ ਫਾਹਾ ਲਿਆ ਆ ਬਾਕੀ ਜੋ ਤਫਤੀਸ਼ ਦੇ ਵਿੱਚ ਸਾਹਮਣੇ ਆਏਗਾ ਉਹਦੇ ਹਿਸਾਬ ਨਾਲ ਜਿਹੜੀ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ